ਇਹ ਜੀ ਆਪਣੇ ਬਡਬਰ ਟੋਲ ਟੈਕਸ ਕੋਲ ਖੇਤਾਂ ਵਿੱਚ ਅੱਗ ਸੀਗੀ। ਇਹ ਲਗਭਗ ਇਹਦੇ ਟਾਂਗਰ ਦਾ ਹੀ ਨੁਕਸਾਨ ਹੋਇਆ ਜੀ, ਪਰ ਅੱਗ ਜ਼ਿਆਦਾ ਸੀਗੀ। ਅਸੀਂ ਆਪਣੇ ਦੋਵੇਂ ਫਾਇਰ ਟੈਂਡਰ ਭੇਜੇ ਨੇ ਅੱਗ ਕੰਟਰੋਲ ਕਰਨ ਲਈ। ਨਾਲ ਹੀ ਕਣਕ ਖੜੀ ਸੀ, ਕਣਕ ਦਾ ਤਾਂ ਬਚਾਅ ਹੋ ਗਿਆ ਜੀ ਹੈ ਨਾ, ਕਰਨੈਲ ਅਤੇ ਟਾਂਗਰ ਦਾ ਨੁਕਸਾਨ ਹੈਗਾ ਜੀ। ਪਿੰਡ ਵਾਲੇ ਨੇ ਵੀ ਬਹੁਤ ਮਿਹਨਤ ਕੀਤੀ ਜੀ, ਅੱਗ 'ਤੇ ਕਾਬੂ ਕੀਤਾ ਸਾਡੇ ਨਾਲ। ਅਸੀਂ ਪਹਿਲਾਂ ਇੱਕ ਫਾਇਰ ਟੈਂਡਰ ਤੋਰਿਆ ਆਪਦਾ, ਪਰ ਮੈਸੇਜ ਲਗਾਤਾਰ ਆ ਰਹੇ ਸੀ ਵੀ ਅੱਗ ਜ਼ਿਆਦਾ ਗਈ, ਤਾਂ ਅਸੀਂ ਨਾਲ ਦੀ ਨਾਲ ਦੂਸਰਾ ਫਾਇਰ ਟੈਂਡਰ ਆਪਦਾ ਟਰਨ ਆਊਟ ਕੀਤਾ। ਦੋਵੇਂ ਫਾਇਰ ਟੈਂਡਰਾਂ ਨੇ ਮਿਲ ਕੇ ਅੱਗ 'ਤੇ ਪਿੰਡ ਵਾਲੇ ਸੰਯੋਗ ਨਾਲ ਅੱਗ 'ਤੇ ਕੰਟਰੋਲ ਕੀਤਾ ਗਿਆ ਜੀ। ਕਣਕ ਦਾ ਬਚਾਅ ਰਹਿ ਗਿਆ ਜੀ, ਜੇ ਅੱਗ ਹੋਰ ਭੜਕ ਜਾਂਦੀ ਜਾਂ ਮੈਸੇਜ ਸਾਨੂੰ ਲੇਟ ਮਿਲਦਾ ਤਾਂ ਓਬਵੀਅਸਲੀ ਕਣਕ ਦਾ ਵੀ ਨੁਕਸਾਨ ਨਾਲ ਹੋਣਾ ਸੀਗਾ ਜੀ। ਅੱਗ ਪਹਿਲਾਂ ਤਾਂ ਹਵਾ ਚੱਲਦੀ ਸੀ, ਬਾਹਲੀ ਜ਼ਿਆਦਾ ਚੜ੍ਹ ਗਈ, ਨੇੜੇ ਲੱਗਣੇ ਤਾਂ ਕਿਸੇ ਨੂੰ ਅਤੇ ਮੁੜ ਕੇ ਫਿਰ ਇਹ ਜਦੋਂ ਉੱਥੇ ਚੜ੍ਹੀ ਅੱਗ, ਲੋਕ ਇਕੱਠੇ ਹੋ ਗਏ, ਰੇਡੀਓ 'ਚ ਅਨਾਊਂਸਮੈਂਟ ਕਰਾਈ, ਭੂਰੇ ਕੁੱਬੇ ਹੋਏ, ਹਰੀਗੜ੍ਹ ਹੋ ਗਏ, ਬੜਬਰ ਹੋ ਗਏ, ਆਪਣੇ ਸਾਰੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਰੇ ਭੱਜੇ, ਦਵਾ ਦਵਾ ਲੈ ਕੇ, ਕੋਈ ਕੁਛ ਲਿਆ, ਕੋਈ ਟੈਂਕੀਆਂ ਲਿਆ, ਉਹ ਪਾਣੀ ਦੀਆਂ ਟੈਂਕੀਆਂ ਆਪਣੇ ਪਿੰਡ ਹੈਗੀਆਂ ਸੀਗੀਆਂ। ਫਿਰ ਇਹ ਤਾਂ ਜੀ ਗੱਲ ਕਰਾਂ ਪਈ ਸੀ, ਹਵਾ ਰੁਕ ਗਈ, ਇੱਕਦਮ ਰੁਕਣ ਕਰਕੇ ਇੱਥੇ ਹੀ ਕਾਬੂ ਪਾ ਗਿਆ। ਜੇ ਇੱਥੋਂ ਵੱਧ ਜਾਂਦੀ ਅੱਗ, ਗਾਹਾਂ ਨਾੜ ਖੜਾ, ਕਣਕ ਖੜੀ ਹੈ, ਇੱਧਰ ਵੀ ਖੜੀ ਹੈ, ਕਣਕਾਂ ਦੇਖੋ ਇੱਧਰ ਤੁਸੀਂ ਦੇਖ ਲਓ, ਸਾਰੇ ਪਾਸੇ ਕਣਕ ਖੜੀ ਹੈ, ਸਿਰੇ ਪਿੰਡ ਤੱਕ ਅੱਗ ਜਾਂਦੀ। ਇਹ ਤਾਂ ਕੁਦਰਤੀ ਕਦਮ ਕਰੋ ਵੀ ਫਾਇਰ ਬ੍ਰਿਗੇਡ ਟਾਈਮ 'ਤੇ ਆ ਗਈ, ਉਦੋਂ ਟੈਂਕੀਆਂ ਲੋਕ ਇਕੱਠੇ ਵਾਹਲੇ ਹੋ ਗਏ, ਆਲ ਵਾਲੇ ਪਿੰਡਾਂ ਵਾਲੇ, ਭੂਰੇ ਵਾਲੇ, ਹਰੀਗੜ੍ਹ ਵਾਲੇ, ਬੜਬਰ ਵਾਲੇ ਹੋ ਗਏ, ਅਤੇ ਉਹਦੇ ਕਰਕੇ ਕਾਬੂ ਪਾ ਲਿਆ। ਕਿਤੇ 8-10 ਕਿੱਲੇ ਨਾੜ ਫਿਰ ਵੀ ਲਾ ਲਓ ਵੀ 8 ਕਿੱਲੇ ਵਾਂਗੂ ਨਾੜ ਤਾਂ ਮੱਚ ਹੀ ਗਿਆ। ਕਾਰਨ ਦਾ ਤਾਂ ਦੇਖੋ ਜੀ, ਹਾਲੇ ਕੋਈ ਨਹੀਂ ਪਤਾ ਲੱਗਾ ਵੀ ਕਿਤੋਂ ਲੱਗੀ ਆ, ਵੀ ਕਿਉਂ ਲਾਈਟ ਵੀ ਹੈ ਨਹੀਂ ਗੀ, ਜੇ ਆਪਾਂ ਕਹੀਏ ਲਾਈਟ ਤੋਂ ਲੱਗੀ ਹੋਵੇ ਅਤੇ ਨੁਕਸਾਨ ਤਾਂ ਨਾੜ ਦਾ ਹੈਗਾ ਹੀ ਹੈ, 7-8 ਕਿੱਲਿਆਂ ਦਾ ਤਾਂ ਹੈਗਾ ਹੀ ਆ ਜੀ। ਜਿਵੇਂ ਪਿੰਡ ਦੇ ਸਹਿਯੋਗ ਨਾਲ ਲਾ ਲਓ, ਪਿੰਡ ਨਾਲ ਭੂਰਿਆਂ ਦਾ, ਉਹਨਾਂ ਦੇ ਸਹਿਯੋਗ ਨਾਲ ਲਾ ਲਓ, ਫਾਇਰ ਬ੍ਰਿਗੇਡ ਵਾਲਿਆਂ ਦਾ ਧੰਨਵਾਦ ਯਾਰ, ਜਿਹੜੇ ਟਾਈਮ 'ਤੇ ਆ ਗਏ, ਇਹਨਾਂ ਦੀ ਕੰਟਰੋਲ ਤਾਂ ਕਰ ਹੀ ਲਈ ਜੀ। ਇਹ ਜੀ ਆਪਣੇ ਬਡਬਰ ਟੋਲ ਟੈਕਸ ਕੋਲ ਖੇਤਾਂ ਵਿੱਚ ਅੱਗ ਸੀਗੀ। ਇਹ ਲਗਭਗ ਇਹਦੇ ਟਾਂਗਰ ਦਾ ਹੀ ਨੁਕਸਾਨ ਹੋਇਆ ਜੀ, ਪਰ ਅੱਗ ਜ਼ਿਆਦਾ ਸੀਗੀ। ਅਸੀਂ ਆਪਣੇ ਦੋਵੇਂ ਫਾਇਰ ਟੈਂਡਰ ਭੇਜੇ ਨੇ ਅੱਗ ਕੰਟਰੋਲ ਕਰਨ ਲਈ। ਨਾਲ ਹੀ ਕਣਕ ਖੜੀ ਸੀ, ਕਣਕ ਦਾ ਤਾਂ ਬਚਾਅ ਹੋ ਗਿਆ ਜੀ ਹੈ ਨਾ, ਕਰਨੈਲ ਅਤੇ ਟਾਂਗਰ ਦਾ ਨੁਕਸਾਨ ਹੈਗਾ ਜੀ। ਪਿੰਡ ਵਾਲੇ ਨੇ ਵੀ ਬਹੁਤ ਮਿਹਨਤ ਕੀਤੀ ਜੀ, ਅੱਗ 'ਤੇ ਕਾਬੂ ਕੀਤਾ ਸਾਡੇ ਨਾਲ। ਅਸੀਂ ਪਹਿਲਾਂ ਇੱਕ ਫਾਇਰ ਟੈਂਡਰ ਤੋਰਿਆ ਆਪਦਾ, ਪਰ ਮੈਸੇਜ ਲਗਾਤਾਰ ਆ ਰਹੇ ਸੀ ਵੀ ਅੱਗ ਜ਼ਿਆਦਾ ਗਈ, ਤਾਂ ਅਸੀਂ ਨਾਲ ਦੀ ਨਾਲ ਦੂਸਰਾ ਫਾਇਰ ਟੈਂਡਰ ਆਪਦਾ ਟਰਨ ਆਊਟ ਕੀਤਾ। ਦੋਵੇਂ ਫਾਇਰ ਟੈਂਡਰਾਂ ਨੇ ਮਿਲ ਕੇ ਅੱਗ 'ਤੇ ਪਿੰਡ ਵਾਲੇ ਸੰਯੋਗ ਨਾਲ ਅੱਗ 'ਤੇ ਕੰਟਰੋਲ ਕੀਤਾ ਗਿਆ ਜੀ। ਕਣਕ ਦਾ ਬਚਾਅ ਰਹਿ ਗਿਆ ਜੀ, ਜੇ ਅੱਗ ਹੋਰ ਭੜਕ ਜਾਂਦੀ ਜਾਂ ਮੈਸੇਜ ਸਾਨੂੰ ਲੇਟ ਮਿਲਦਾ ਤਾਂ ਓਬਵੀਅਸਲੀ ਕਣਕ ਦਾ ਵੀ ਨੁਕਸਾਨ ਨਾਲ ਹੋਣਾ ਸੀਗਾ ਜੀ। ਅੱਗ ਪਹਿਲਾਂ ਤਾਂ ਹਵਾ ਚੱਲਦੀ ਸੀ, ਬਾਹਲੀ ਜ਼ਿਆਦਾ ਚੜ੍ਹ ਗਈ, ਨੇੜੇ ਲੱਗਣੇ ਤਾਂ ਕਿਸੇ ਨੂੰ,
ਤੇ ਮੁੜ ਕੇ ਫਿਰ ਇਹ ਜਦੋਂ ਉੱਥੇ ਚੜ੍ਹੀ ਅੱਗ ਲੋਕ ਇਕੱਠੇ ਹੋ ਗਏ, ਰੇਡੀਓ 'ਚ ਅਨਾਊਂਸਮੈਂਟ ਕਰਾਈ, ਭੂਰੇ ਕੁੱਬੇ ਹੋਏ, ਹਰੀਗੜ੍ਹ ਹੋ ਗਏ, ਬੜਬਰ ਹੋ ਗਏ, ਆਪਣੇ ਸਾਰੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਰੇ ਭੱਜੇ ਦਵਾ ਦਵਾ ਲੈ ਕੇ, ਕੋਈ ਕੁਛ ਲੈ, ਕੋਈ ਟੈਂਕੀਆਂ ਲੈ, ਉਹ ਪਾਣੀ ਦੀਆਂ ਟੈਂਕੀਆਂ ਆਪਣੇ ਪਿੰਡ ਹੈਗੀਆਂ ਸੀਗੀਆਂ। ਫਿਰ ਇਹ ਤਾਂ ਜੀ ਗੱਲ ਕਰਾਂ ਪਈ ਸੀ, ਹਵਾ ਰੁਕ ਗਈ, ਇੱਕਦਮ ਰੁਕਣ ਕਰਕੇ ਇੱਥੇ ਹੀ ਕਾਬੂ ਪਾ ਗਿਆ। ਜੇ ਇੱਥੋਂ ਬਾਜਾਂ ਦੀ ਅੱਗ ਗਾਹਾਂ ਨਾੜ ਖੜਾ, ਕਣਕ ਖੜੀ ਹੈ, ਇੱਧਰ ਵੀ ਖੜੀ ਹੈ, ਕਣਕਾਂ ਦੇਖੋ ਇੱਧਰ ਤੁਸੀਂ ਦੇਖ ਲਓ, ਸਾਰੇ ਪਾਸੇ ਕਣਕ ਖੜੀ ਹੈ, ਸਿਰੇ ਪਿੰਡ ਤੱਕ ਅੱਗ ਜਾਂਦੀ। ਇਹ ਤਾਂ ਕੁਦਰਤੀ ਕਦਮ ਕਰੋ ਵੀ ਫਾਇਰ ਬ੍ਰਿਗੇਡ ਟਾਈਮ 'ਤੇ ਆ ਗਈ, ਉਦੋਂ ਟੈਂਕੀਆਂ ਲੋਕ ਇਕੱਠੇ ਵਾਹਲੇ ਹੋ ਗਏ, ਆਲੇ ਵਾਲੇ ਪਿੰਡਾਂ ਵਾਲੇ, ਭੂਰੇ ਵਾਲੇ, ਹਰੀਗੜ੍ਹ ਵਾਲੇ, ਬੜਬਰ ਵਾਲੇ ਹੋ ਗਏ, ਅਤੇ ਉਹਦੇ ਕਰਕੇ ਕਾਬੂ ਪਾ ਲਿਆ। ਕਿਤੇ 8-10 ਕਿੱਲੇ ਨਾੜ ਫਿਰ ਵੀ ਲਾ ਲਓ ਵੀ 8 ਕਿੱਲੇ ਵਾਂਗੂ ਨਾੜ ਤਾਂ ਮੱਚ ਹੀ ਗਿਆ। ਕਾਰਨ ਦਾ ਤਾਂ ਦੇਖੋ ਜੀ ਹਾਲੇ ਕੋਈ ਨਹੀਂ ਪਤਾ ਲੱਗਾ ਵੀ ਕਿਤੋਂ ਲੱਗੀ ਆ, ਵੀ ਕਿਉਂ ਲਾਈਟ ਵੀ ਹੈ ਨਹੀਂ ਗੀ, ਜੇ ਆਪਾਂ ਕਹੀਏ ਲਾਈਟ ਤੋਂ ਲੱਗੀ ਹੋਵੇ, ਅਤੇ ਨੁਕਸਾਨ ਤਾਂ ਨਾੜ ਦਾ ਹੈਗਾ ਹੀ ਹੈ, 7-8 ਕਿੱਲਿਆਂ ਦਾ ਤਾਂ ਹੈਗਾ ਹੀ ਆ ਜੀ। ਜਿਵੇਂ ਪਿੰਡ ਦੇ ਸਹਿਯੋਗ ਨਾਲ ਲਾ ਲਓ, ਪਿੰਡ ਨਾਲ ਭੂਰਿਆਂ ਦਾ, ਉਹਨਾਂ ਦੇ ਸਹਿਯੋਗ ਨਾਲ ਲਾ ਲਓ, ਫਾਇਰ ਬ੍ਰਿਗੇਡ ਵਾਲਿਆਂ ਦਾ ਧੰਨਵਾਦ ਸਾਰੇ ਜਿਹੜੇ ਟਾਈਮ 'ਤੇ ਆ ਗਏ, ਇਹਨਾਂ ਦੀ ਕੰਟਰੋਲ ਤਾਂ ਕਰ ਹੀ ਲਈ ਜੀ।